कट 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 पैसे कट पैसे कट जड़े तो ले लो ए तो एक मिनट पैसे कट मैनू मैं प्रेस बुलानी है प्रेस बुलानी है पैसे कट 300 रुपया साडे कोले नोटा दे नंबर लिखे होए ने चल कल दा कीते ने तुसी कट पैसे आ 300 नो 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 नहीं मैं कटदा तू आपदे कोले रख हुण ठीक है नंबर की नाम है तेरा धर्मपाल नंबर की है तेरा 380 नंबर है धर्मपाल ਕਿਹੜੇ ਜ਼ਿਲ੍ਹੇ ਦਾ ਨੰਬਰ ਹੈ ਮਾਨਸਾ ਹਾਂਜੀ ਕਿੰਨੇ ਕਿੰਨੇ ਬੰਦਿਆਂ ਤੋਂ ਲੈਣੇ ਇੰਨੇ ਪੈਸੇ ਸਾਡੇ ਪਿੰਡ ਦੇ ਬੰਦੇ ਤੋਂ ਕੱਲ੍ਹ ਧਾਰ ਕੀਤੇ ਨੇ ਤੁਸੀਂ ਇਹ ਖੀਰੇ ਲੈ ਕੇ ਆਉਣੇ ਹਾਂ ਮੇਰੇ ਨਾਲ ਕਰੀ ਧਾਰ ਤਾਂ ਗੱਡੀ ਸਾਈਡ ਤੇ ਲਵਾਈ ਆ ਮੈਂ ਡਰਦਾ ਦੇਖੋ ਹਾਂ ਤੁਹਾਡੇ ਬਾਬੂ ਨੇ ਆਖਿਆ ਕਾ ਪੈਸੇ ਲੈ ਕੇ ਆ ਕਰ ਤੇ ਅੱਜ ਤੂੰ 300 ਰੁਪਏ ਲੈ ਕੇ ਨਹੀਂ ਸਾਹ ਹੁਣੀ ਅੱਜ ਉਹ ਦਿਨ ਇੱਕ ਤੂੰ ਆਪੇ ਪੱਲੇ ਉਹਦੇ ਨੇ ਤੂੰ ਕਹਿ ਨਹੀਂ ਮੈਨੂੰ ਕਹਿੰਦਾ 11 ਆ ਲੋਕ ਕਰੇ ਨਹੀਂ 300 ਰੁਪਏ ਇਹਨੇ ਇੱਥੋਂ ਲਿਆ ਇਹ ਸਾਡੇ ਪਿੰਡ ਦਾ ਮੈਂ ਉਹ ਮੈਂ ਕਰੂੰਗਾ ਮੈਂ ਤੇਰੇ ਨਾਲ ਨਹੀਂ ਗੱਲ ਕਰਦਾ ਪਰ ਧਰਮਪਾਲ 380 ਨੰਬਰ ਮੈਨੂੰ ਅੱਜ ਹੀ ਪਤਾ ਲੱਗ ਗਿਆ ਪ੍ਰੈਸ ਬੁਲਾ ਕੇ ਗੱਲ ਕਰਦਾ ਆ 300 ਰੱਖੀ ਸਾਡੇ ਕੋਲੇ ਨੋਟਾਂ ਦੇ ਨੰਬਰ ਨੇ ਇੱਕ ਮਿੰਟ ਆਪਾਂ ਪਬਲਿਕ ਨੂੰ ਵੀ ਦਿਖਾ ਦਈਏ ਆ ਨੋਟਾਂ ਦੇ ਨੰਬਰ ਦੇ ਅਸੀਂ 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 ਪੈਸੇ ਦੇ ਕੇ ਭੇਜ ਦੇ ਇਹ ਤੂੰ ਦੇਈਂ ਇਹਨੂੰ ਪੈਸੇ ਨੋਟ ਚੈੱਕ ਕਰ ਲਓ ਆ ਦਿਖਾਓ ਜੀ ਨੋਟ ਦਾ ਨੰਬਰ ਮੜੇ ਜੇ ਨੋਟ ਦੁਬਾਰਾ ਖੋਲ ਨੋਟ ਨੇ ਸਾਡੇ ਕੋਲ ਇੱਕ ਮਿੰਟ ਖੋਲ ਨੋਟ ਕੱਢ ਨੋਟ ਕੱਢ ਜੇਬ ਚੋਂ ਨੋਟ ਕੱਢ ਬਾਹਰ ਕੱਢ ਨੋਟ ਮੇਰੇ ਨੋਟ ਨੇ ਹਾਂ ਲੈ 6992 ਨੰਬਰ ਨੋਟ ਦਾ ਨਹੀਂ ਨਹੀਂ ਆ ਨਾ ਨੋਟਾਂ ਦੇ ਨੰਬਰ ਚੈੱਕ ਕਰਦੇ ਆ ਫੜਿਓ ਜੀ ਆ ਫੜਿਓ ਤਰਪਾਲ 6992 ਬੰਦੇ ਤਾਂ ਜਾਣਦਾ ਤੂੰ ਬੰਦੇ ਤਾਂ ਜਾਣਦਾ ਇਹਨਾਂ ਨੂੰ ਆ ਨੰਬਰ ਦੇਖੋ ਜੀ ਆ ਦੇਖੋ ਆ ਨੰਬਰ ਹੈ ਜੀ 6992 ਇਹ ਆ ਅਸੀਂ ਨੋਟ ਪਹਿਲਾਂ ਖਿੱਚ ਕੇ ਦਿੱਤੇ ਨੇ ਤਿੰਨੇ ਨੰਬਰ ਆ ਤਿੰਨੇ ਨੋਟ ਰੱਖ ਰੱਖ ਇਹਨਾਂ ਨੂੰ ਨਵੇਂ ਨੋਟ ਤੂੰ ਇਹੀ ਰੱਖੀ ਇਹੀ ਤੂੰ ਸਾਰੀ ਜ਼ਿੰਦਗੀ ਤੇ ਰੋਜ਼ ਆਉਂਦਾ ਜੀ ਠੀਕ ਹੈ ਇੱਥੇ ਪੈਸੇ ਲਈ ਜਾਂਦੇ ਲੋਕਾਂ ਤੋਂ ਤੁਸੀਂ ਲੁੱਟ ਜਾਂਦੇ ਉਹਨਾਂ ਨੂੰ ਜਾਂ ਸਰਕਾਰ ਨੂੰ ਤਨਖਾਹ ਨਾ ਦਿੰਦੀ ਉਹ ਫੇਰ ਭਗਵੰਤ ਮਾਨ ਜੀ ਇਹ ਚਾਲ ਹੈ ਇਹ ਕੀ ਚਾਲ ਹੈ ਕਾਦੀ ਚਾਲ ਹੈ ਮੈਂ ਗਰੀਬ ਤੇ ਨਾ ਚਾਲ ਕਰੂੰਗਾ ਆ ਚਾਲ ਹੈ ਮੈਂ ਚਾਲ ਕਰੂੰ ਤੈਨੂੰ ਤੁਹਾਨੂੰ ਪੈਸੇ ਦੇ ਸਾਡੇ ਖੋੜੇ ਲਿਪੜੇ ਬਣੇ ਮਿੱਟੀ ਨਾਲ ਤੁਹਾਡੀ ਚਾਲ ਬਣੀ ਪਈ ਹੈ ਮੈਂ ਤੁਹਾਨੂੰ ਕਹੀ ਜ਼ਿਮੀਦਾਰ ਦੀ ਗੱਡੀਆਂ ਤੁਸੀਂ ਕਹਿੰਦੇ ਗੱਡੀਆਂ ਦੇ ਵੀ ਭਈਏ ਰੱਖਦੇ ਨੇ ਲੈ ਉਹ ਗੱਡੀਆਂ ਜੀ ਘੇਰਦੇ ਗੱਡੀਆਂ ਬਈਆਂ ਨੂੰ ਜੀ ਕਹਿੰਦੇ ਨੇ ਦਿਖਾਉਂਦੇ ਵੀ ਘੇਰਦੇ ਨੇ ਜੀ ਐਸਐਸਪੀ ਨੇ ਗੱਲ ਕਰਾਇਆ ਹਾਂ ਜੀ ਘੇਰਦੇ ਹਰ ਨਗਣੀ ਦਿੰਦੇ ਐਸਐਸਪੀ ਮਾਰਥਾ ਨਾਲ ਗੱਲ ਕਰ ਸਿੱਖੋ ਸਾਹਿਬ ਲਾਇਓ ਜੀ ਗੰਦ ਪਾਇਆ ਇਹਨਾਂ ਨੇ ਇੱਥੇ ਰੋਜ਼ ਪਾਉਂਦੇ ਨੇ ਜੀ ਕਿ ਅੱਜ ਪਾਇਆ ਐ ਦੁਬਾਰਾ ਨਹੀਂ ਲੈਂਦੇ ਨੇ ਹਰੇਕ ਨੂੰ ਆਹ ਮੁੰਡੇ ਨੇ ਦੱਸਿਆ ਜੀ ਐਮਪੀ ਸਾਹਿਬ ਐਸਐਸਪੀ ਮਾਰਥਾ ਨਾਲ ਗੱਲ ਮੁੰਡੇ ਨੇ ਹੁਣ ਦੱਸਿਆ ਅੱਜ ਅੱਜ ਸਵੇਰ ਦਾ ਉਹਨੇ ਜਿਵੇਂ ਗਦਰ ਮੱਚਿਆ ਗਿਆ ਸਭ ਤਾਂ ਇਹ ਲੱਗਿਆ ਵਾ ਵੀ ਅੱਜ ਇਹ ਮੱਚੂ ਮੱਚਦਾ ਜੀ ਕੋਈ ਬੰਦਾ ਕਹਿੰਦਾ ਕਿ ਕੋਈ ਵੀ ਕਹਿੰਦਾ ਯਾਰ ਮੈਂ ਇਹ ਕਹਿਣਾ ਲੈ ਹੈਲੋ ਐਸਐਸਪੀ ਮਾਰਥਾ ਨਾਲ ਸਿੱਖੋ ਸਾਹਿਬ ਕੋਲੇ ਸਿੱਖੋ ਸਾਹਿਬ ਤੇ ਮੈਡੀਕਲ ਕਰਾਈ ਸਿੱਖੋ ਸਾਹਿਬ ਲਾਇਓ ਨੰਬਰ ਐਸਐਸਪੀ ਦਾ ਕਿਸੇ ਬੰਦੇ ਨੂੰ ਕਹਿੰਦੇ ਕੱਲੇ ਨੂੰ ਇਹੀ ਤੰਗ ਕਰਦਾ ਜੀ ਕਹਿੰਦੇ ਸਭ ਤੋਂ ਜ਼ਿਆਦੇ सब तो वह तंग एक बंदा करता मत जवाक लग चार ਸਤਿ ਸ਼੍ਰੀ ਅਕਾਲ
ਆਪਣੀ ਜਿਹੜੀ ਟਕੋਨੀ ਹੈ ਜਿੱਥੇ ਆਪਣਾ ਬੱਸ ਸਟੈਂਡ ਨੂੰ ਮੁੜਦੀ ਹੈ ਤੇ ਇੱਕ ਉਹ ਦਾ ਸ਼ੁਰੂ ਹੁੰਦਾ ਤੇ ਉਹਨੇ ਕੱਲ ਤੇ ਪਰਸੋਂ ਸਾਡੇ ਪਿੰਡ ਦੇ ਇੱਕ ਮੁੰਡਾ ਸਬਜ਼ੀ ਲੈ ਕੇ ਉਹਨੇ ਜੀ ਸਾਡੇ ਸਾਹਮਣੇ ਕੈਮਰਿਆਂ ਦੇ ਸਾਹਮਣੇ 300 ਰੁਪਇਆ ਲਿਆ। ਉਸ ਤੋਂ ਬਾਅਦ ਅਸੀਂ ਆਇਆ ਉਹਦੀ ਜੇਬ ਦੇ ਵਿੱਚੋਂ 300 ਰੁਪਇਆ ਤੇ ਸਾਡੇ ਕੋਲ ਉਹਨੂੰ ਖੀਰੇ ਦੀ ਭਰੀ ਹੋਈ ਇਹ ਲਾਉਂਦਾ ਪਰਸੋਂ ਤੋਂ ਐਸੇ ਚੌਂਕ ਤੇ ਇਹਤੋਂ ਪੈਸੇ ਮੰਗੇ ਜਾ ਰਹੇ ਨੇ 300 ਰੁਪਇਆ ਦੇ ਦੇ ਬਸ। ਇਹ ਕਹਿੰਦਾ ਮੇਰੇ ਸਾਰੇ ਕਾਗਜ਼ ਪੂਰੇ ਨੇ ਪਰ ਕਹਿੰਦਾ 300 ਰੁਪਇਆ ਦੇ ਦੇ, ਇਹ ਤੈਨੂੰ ਦੇਣੇ ਪੈਣਗੇ। ਆਉਂਦੇ ਜਾਂਦੇ ਨੂੰ ਘੇਰਦੇ ਸੀ, ਕੱਲ੍ਹ ਰਾਤ ਫਿਰ ਇਹਦੀ ਤਲਾਸ਼ੀ ਵੀ ਲਈ ਕਿ ਤੇਰੇ ਕੋਲ 300 ਰੁਪਇਆ ਹੁਣੀ ਹੈਗਾ। ਇਹ ਕਹਿੰਦਾ ਜੀ ਮੇਰੇ ਕੋਲ ਹੈ ਨਹੀਂ, ਮੈਂ ਕੱਲ੍ਹ ਨੂੰ ਲਿਆ ਕੇ ਦੇ ਦੂੰਗਾ। ਕੱਲ੍ਹ ਰਾਤ ਮੈਂ ਪਿੰਡ ਆਇਆ ਸੀ, ਅੱਜ ਮੈਂ ਝਨੀਰ ਜਾਣਾ, ਇਹ ਮੁੰਡਾ ਮੇਰੇ ਕੋਲ ਆਇਆ ਅਤੇ ਮੈਂ ਅੱਜ ਇਹਨੂੰ ਕਿਹਾ ਵੀ ਤੂੰ ਮੈਨੂੰ ਦੱਸ ਮੇਰੇ ਸਾਹਮਣੇ ਕਰਾ ਗੱਲ। ਇਹਨੂੰ ਅਸੀਂ 300 ਰੁਪਇਆ ਦਿੱਤਾ, ਉਹਨਾਂ ਨੋਟਾਂ ਦੇ ਅਸੀਂ ਨੰਬਰ ਵੀ ਨੋਟ ਕਰ ਲਏ, ਫੋਟੋ ਖਿੱਚ ਲਈ ਪਹਿਲਾਂ ਵੀ ਆਹ 300 ਰੁਪਇਆ ਤੂੰ ਦੇਣਾ। ਅਸੀਂ 5 ਮਿੰਟ ਪਹਿਲਾਂ ਆ ਕੇ ਗੱਡੀ ਖੜਾ ਕੇ ਇੱਥੇ ਇਹਨੂੰ ਦੱਸਤਾ ਕਿ ਤੂੰ ਕਿਹੜੇ ਬੰਦੇ ਨਾਲ ਤੂੰ ਕੱਲ੍ਹ ਤੈਨੂੰ ਇਕਰਾਰ ਕੀਤਾ ਉਹਨੂੰ ਪੈਸੇ ਦੇ। ਇਹ ਮੁੰਡੇ ਨੇ ਗੱਡੀ ਖੜਾਈ ਅਤੇ ਧਰਮਪਾਲ ਜਿਹੜਾ ਇਹਦੇ ਕੋਲ ਗਿਆ ਅਤੇ ਉਸ ਤੋਂ ਬਾਅਦ ਉਹਨੇ ਆਖਿਆ ਜੀ ਸਾਨੂੰ ਮੈਨੂੰ ਮਿਲਦੇ ਜੇ ਤੇ ਰਿਹਾ ਕਰੋ। ਮੈਂ ਆਖਿਆ ਜੀ ਕਿੰਨੇ ਕਹਿੰਦੇ ਨਹੀਂ ਤਾਂ ਘੱਟੋ ਘੱਟ 1100 ਦਾ ਚਲਾ ਲਓ, ਤੇਰਾ ਤਾਂ ਪੂਰੇ ਨਾਲ ਲੱਗ ਜਾਂਦਾ। ਮੈਂ ਉਹਨੂੰ ਕਹਾਉਣ ਲੱਗਿਆ 300 ਦਾ ਫਟ ਜਾਂਦਾ ਫਟਦੇ ਨਾਲ ਅੱਗੇ ਰੇੜੀ ਕੋਲ ਜਾ ਕੇ ਇਹਨੇ ਪਹੁੰਚ ਕੇ 300 ਰੁਪਇਆ ਫੜ ਗਿਆ। ਉਹਨੇ 300 ਰੁਪਇਆ ਲੈ ਲਿਆ, ਉਹ ਤੋਂ ਬਾਅਦ ਅਸੀਂ ਆ ਗਏ, ਅਸੀਂ ਉਹਨੂੰ ਬੁਲਾਇਆ। ਜਿਹੜੀ ਸਾਡੇ ਕੋਲ ਫੋਟੋ ਖਿੱਚੀ ਹੋਈ ਸੀ ਨੋਟਾਂ ਦੀ, ਉਹ ਪਬਲਿਕ ਦੇ ਸਾਹਮਣੇ ਦਿਖਾਈ ਵੀ ਆਹ ਨੋਟ ਇਹਦੀ ਜੇਬ 'ਚ ਨੇ, ਉਹੀ ਨੋਟ ਉਹਦੀ ਜੇਬ 'ਚੋਂ ਨਿਕਲੇ ਨੇ, ਉਹੀ ਨੋਟ ਨੰਬਰ। ਅਤੇ ਮੈਂ SSP ਮਾਨਸਾ ਨਾਲ ਗੱਲ ਕੀਤੀ ਹੈ ਅਤੇ ਬਣਦੀ ਕਾਰਵਾਈ ਵੀ ਹੋਊਗੀ। ਕੋਟੇ ਤੋਂ ਵੀ ਲੈਂਦੇ ਹੋਣਗੇ ਪਰ ਤੁਸੀਂ ਕਈ ਵਾਰੀ ਦੱਸਦੇ ਨਹੀਂ। ਜੇ ਤੁਸੀਂ ਸਾਨੂੰ ਦੱਸੋਗੇ ਨੀ ਫੇਰ ਨੀ ਪਤਾ ਲੱਗਣਾ। ਦੱਸ ਦੋ ਜਿਵੇਂ ਹੁਣ ਮੇਰੀ ਵੀਡੀਓ ਬਣਾਈ ਜਾਂਦੇ ਹੋ, ਜਿਵੇਂ ਜਿਵੇਂ ਇਹਨਾਂ ਦੀ ਕੋਈ ਪੈਸੇ ਲੈਂਦੇ ਦੀ ਵੀਡੀਓ ਬਣਾ ਲਓ ਸਾਨੂੰ ਦੇ ਦਿਓ। ਜਿਵੇਂ ਦਿੱਲੀ 'ਚ ਅਸੀਂ ਕੀਤਾ, ਸਾਨੂੰ ਦੱਸੋ ਕਿ ਕੌਣ ਅਫਸਰ ਪੈਸੇ ਲੈਂਦਾ, ਅੱਗੇ ਐਕਸ਼ਨ ਲੈਣਾ ਸਾਡਾ। ਠੀਕ ਹੈ ਜੀ, ਬਹੁਤ ਬਹੁਤ ਦਿਲਚਸਪੀ।